ਦੋਸਤੋ 78 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਾਇਨੇ ਰੱਖਦੀ ਹੈ। 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ, ਭਾਵੇਂ ਉਹ ਕੂਕਾ ਲਹਿਰ ਹੋਵੇ, ਗਦਰੀ ਬਾਬਿਆਂ ਦਾ ਕਾਮਾਗਾਟਾ ਮਾਰੂ ਮੁਹਿੰਮ ਹੋਵੇ, ਭਾਵੇਂ ਬੱਬਰ ਅਕਾਲੀ ਲਹਿਰ ਹੋਵੇ, ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ, ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ। ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਟੀਂਗਰਾ ਜੀ, ਦੀਵਾਨ ਸਿੰਘ ਕਾਲੇ ਪਾਣੀ, ਕਿੰਨਿਆਂ ਕੁ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ। ਤਾਂ ਇਹ ਅੱਜ ਦਾ ਦਿਨ ਆਇਆ, ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ, ਬਹੁਤ ਮਹਿੰਗੀਆਂ ਕੀਮਤਾਂ ਚੁਕਾਉਣੀਆਂ ਪਈਆਂ। ਪਹਿਲਾਂ ਤਾਂ ਸ਼ਹੀਦਾਂ ਦੇ ਰੂਪ 'ਚ ਸਾਨੂੰ ਹੀਰੇ ਗਵਾਉਣੇ ਪਏ, ਅਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੇ ਸੀ। ਆ ਦੋਨੇ ਪੰਜਾਬਾਂ 'ਚ ਜਿਹੜੀ ਲਕੀਰ ਖਿੱਚੀ ਗਈ, ਜੋ ਖੂਨ ਖਰਾਬਾ ਹੋਇਆ, 10 ਲੱਖ ਦੇ ਨਜ਼ਦੀਕ ਨੇੜੇ ਤੇੜੇ ਕਿਹਾ ਜਾਂਦਾ ਕਿ 10 ਲੱਖ ਦੇ ਦੀ ਗਿਣਤੀ ਦੇ ਨੇੜੇ ਤੇੜੇ ਕਤਲੇਆਮ ਹੋ ਗਿਆ। ਉਹ ਕੌਣ ਸੀ? ਉਹ ਸਾਡੇ ਹੀ ਨਾਨੇ ਨਾਨੀਆਂ ਸੀ, ਸਾਡੇ ਦਾਦੇ ਦਾਦੀਆਂ ਸੀ। ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ, ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ, ਉਹਦੀ ਫਿਰ ਕਿਤੇ ਮਿਸਾਲ ਨਹੀਂ ਮਿਲਦੀ। ਦੋਸਤੋ 78 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਾਇਨੇ ਰੱਖਦੀ ਹੈ। 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ, ਭਾਵੇਂ ਉਹ ਕੂਕਾ ਲਹਿਰ ਹੋਵੇ, ਗਦਰੀ ਬਾਬਿਆਂ ਦਾ ਕਾਮਾਗਾਟਾ ਮਾਰੂ ਮੁਹਿੰਮ ਹੋਵੇ, ਭਾਵੇਂ ਬੱਬਰ ਅਕਾਲੀ ਲਹਿਰ ਹੋਵੇ, ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ, ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ। ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਟੀਂਗਰਾ ਜੀ, ਦੀਵਾਨ ਸਿੰਘ ਕਾਲੇ ਪਾਣੀ, ਕਿੰਨਿਆਂ ਕੁ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ। ਤਾਂ ਇਹ ਅੱਜ ਦਾ ਦਿਨ ਆਇਆ, ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ, ਬਹੁਤ ਮਹਿੰਗੀਆਂ ਕੀਮਤਾਂ ਚੁਕਾਉਣੀਆਂ ਪਈਆਂ। ਪਹਿਲਾਂ ਤਾਂ ਸ਼ਹੀਦਾਂ ਦੇ ਰੂਪ 'ਚ ਸਾਨੂੰ ਹੀਰੇ ਗਵਾਉਣੇ ਪਏ, ਅਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੇ ਸੀ। ਆ ਦੋਨੇ ਪੰਜਾਬਾਂ 'ਚ ਜਿਹੜੀ ਲਕੀਰ ਖਿੱਚੀ ਗਈ, ਜੋ ਖੂਨ ਖਰਾਬਾ ਹੋਇਆ, 10 ਲੱਖ ਦੇ ਨਜ਼ਦੀਕ ਨੇੜੇ ਤੇੜੇ ਕਿਹਾ ਜਾਂਦਾ ਕਿ 10 ਲੱਖ ਦੇ
ਦੀ ਗਿਣਤੀ ਦੇ ਨੇੜੇ ਤੇੜੇ ਕਤਲੇਆਮ ਹੋ ਗਿਆ। ਉਹ ਕੌਣ ਸੀ? ਉਹ ਸਾਡੇ ਹੀ ਨਾਨੇ ਨਾਨੀਆਂ ਸੀ, ਸਾਡੇ ਦਾਦੇ ਦਾਦੀਆਂ ਸੀ। ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ, ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ ਉਹਦੀ ਫਿਰ ਕਿਤੇ ਮਿਸਾਲ ਨਹੀਂ ਮਿਲਦੀ।